ਅੰਮ੍ਰਿਤਸਰ ਦੇ ਗੇਟ ਹਕੀਮਾਂ ਦੇ ਥਾਣੇ ਵਿੱਚ ਦੇਰ ਰਾਤ ਪੁਲਿਸ ਤੇ ਸਥਾਨਕ ਲੋਕਾਂ ਵਿੱਚ ਪੱਥਰਬਾਜ਼ੀ ਹੋਈ ਜਦੋਂ ਇੱਕ ਨੌਜਵਾਨ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ। ਦਰਅਸਲ ਬਿੱਟੂ ਸਾਹ ਨਾਮ ਦੇ ਨੌਜਵਾਨ ਨੂੰ ਪੁਲਿਸ ਨੇ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੁਲਿਸ ਉੱਪਰ ਉਸ 'ਤੇ ਤਸ਼ੱਦਦ ਕਰਨ ਦਾ ਦੋਸ਼ ਲਗਾਇਆ, ਜਿਸ ਤੋਂ ਬਾਅਦ ਪੁਲਿਸ ਅਤੇ ਲੋਕਾਂ ਵਿੱਚ ਪੱਥਰਬਾਜ਼ੀ ਹੋਈ, ਜਿਸ ਕਾਰਨ ਇੱਕ ਸਥਾਨਕ ਵਾਸੀ ਅਤੇ ਦੋ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਹਾਲਾਤ ਖਰਾਬ ਹੁੰਦਿਆਂ ਦੇਖ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ ਕਾਰਨ ਥਾਣੇ ਵਿੱਚ ਮਾਹੌਲ ਹੋਰ ਖਰਾਬ ਹੋ ਗਿਆ। ਇਸ ਮਾਮਲੇ ਵਿੱਚ ਪਰਿਵਾਰ ਵਾਲਿਆਂ ਨੇ ਪੁਲਿਸ ਉੱਪਰ ਉਸ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਹੈ। ਐਮਐਲਏ ਬਲਾਰੀਆ ਸਾਹਿਬ, ਐਮਐਲਏ ਸਾਹਿਬ ਨੂੰ ਵੀ ਤੁਸੀਂ ਪੁੱਛ ਸਕਦੇ ਜੇ ਕਿ ਬਿੱਟੂ ਸ਼ਾਹ ਕੌਣ ਸੀਗਾ, ਆਹ ਦੇਖੋ ਉਹਨਾਂ ਦੇ ਬੱਚੇ ਰੋਲ ਕੇ। ਕੁਛ ਨੀ, ਕਹਿੰਦੇ ਸਬਜ਼ੀ ਦੇ ਕੇ ਆਇਆ ਘਰ ਆਪਣੇ, ਕੋਈ ਹੋਈ ਹੋਣੀ ਗੱਲ, ਹੁਣ ਤੇ ਪਤਾ ਨੀ ਕੀ ਗੱਲ ਹੋਈ। ਕਹਿੰਦੇ ਅਕਸਰ ਪੁੱਛਣਾ ਤੇ ਚਾਹੀਦਾ ਕੀ ਗੱਲ ਹੋਈ, ਕੀ ਬਾਤ ਹੋਈ, ਇੰਜ ਨੂੰ ਜਾਇਜ਼ ਚੁੱਕ ਕੇ ਤੁਸੀਂ ਇੱਥੇ ਲੈ ਆਏ ਹੋ, ਆਣ ਕੇ ਇਹਨਾਂ ਨੇ ਕੁੱਟਿਆ ਮਾਰਿਆ, ਦਵਾਈ ਦਿੱਤੀ, ਨੱਕ ਦੇ ਝਿੱਗ ਨਿਕਲਦੀ ਪਈ ਉਹਦੇ, ਕੀ ਪਤਾ ਕੀ ਉਹਨੇ ਦੇ ਦਿੱਤਾ ਵਾ। ਪਹਿਲਾਂ ਨਿੱਕੇ ਨਿੱਕੇ ਬੱਚੇ ਕਿੰਨੇ ਸਾਹਮਣੇ ਉਹਨਾਂ ਦੇ, ਇੱਕ ਛੋਟਾ ਬੱਚਾ ਹਲੇ, ਦੇਖੋ ਦੇਖੋ ਇਹਦਾ ਹਾਲ ਦੇਖੋ ਕਿੰਨੇ ਸਾਹਮਣੇ। ਸਾਰੇ ਨੂੰ ਛੱਡੋ, ਆ ਬੱਚੇ ਦੀ ਸੁਣੋ, ਇਹਦਾ ਪਾਪਾ ਨਸ਼ਾ ਕਰਦਾ ਸੀ। ਬੇਟਾ ਵਿਸ਼ਾਲ ਵਿਸ਼ਾਲ ਬੋਲ, ਤੇਰੇ ਪਾਪਾ ਸ਼ਰਾਬ ਪੀਂਦਾ ਸੀ, ਨਸ਼ਾ ਕੋਈ ਕਰਦੇ ਸੀ? ਬੋਲ ਬੋਲ ਕਾਕੇ, ਬੋਲ ਕੇ ਬੋਲ ਕੇ ਦੱਸ, ਜ਼ੋਰ ਦੀ ਦੱਸ ਬੋਲ ਕੇ। ਤੇ ਪੁਲਿਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਜਿਹੜਾ ਇਹ ਗੇਟ ਕੀਮਾ ਦੇ ਬਾਅਦ ਇੰਸੀਡੈਂਟ ਹੋਇਆ, ਇੱਕ ਵਿਅਕਤੀ ਬਾਰੇ ਜਿਹਦੀ ਡੈਥ ਹੋਈ ਹੈ, ਉਹ ਆਪਣੀ ਰਿਟਨ ਕੰਪਲੇਂਟ ਦੇ ਰਹੇ ਨੇ। ਉਸ ਵਿਅਕਤੀ ਦਾ ਸਵੇਰੇ ਪੋਸਟਮਾਰਟਮ ਰਿਪੋਰਟ ਬਣਵਾ ਕੇ ਵੀਡੀਓਗ੍ਰਾਫੀ ਸੈਂਟਰ ਹੋਏਗਾ, ਤੇ ਜੋ ਵੀ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਸ ਮੁਤਾਬਕ ਜਿਹੜੀ ਹੈਗੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ। ਪੁਲਿਸ ਵਾਲੇ ਇੰਜਰਡ ਹੋਏ ਜੀ? ਦੇਖ ਰਹੇ ਆ ਉਸ ਚੀਜ਼ ਨੂੰ, ਉਹਦੇ ਵਿੱਚ ਵੀ ਜੇ ਕੋਈ ਇਹੋ ਜਿਹੀ ਕੁਝ ਸਾਹਮਣੇ ਆਉਂਦੀ ਹੈ ਚੀਜ਼, ਉਹਦੇ ਮੁਤਾਬਕ ਕਾਰਵਾਈ ਹੋਏਗੀ। ਅੰਮ੍ਰਿਤਸਰ ਤੋਂ ਸ਼ਮਸ਼ੇਰ ਸਿੰਘ ਦੀ ਰਿਪੋਰਟ, ਪੰਜਾਬ ਨਿਊਜ਼।